ਆਪ ਜੀ ਨੂੰ ਪਤਾ ਹੈ ਕਿ ਮਹੀਨਾ ਭਾਦਰੋਂ ਦਾ ਹੈ। ਇਸ ਭਾਦਰੋਂ ਦੇ ਮਹੀਨੇ ਵਿੱਚ ਨਾਨਕ ਸਰ ਦਾ ਸਭ ਤੋਂ ਵੱਡਾ ਸਮਾਗਮ ਇੱਥੋਂ ਦੇ ਮਹਾਂਪੁਰਸ਼ਾਂ ਵੱਲੋਂ ਮਨਾਇਆ ਜਾਂਦਾ ਹੈ। ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਆਪਦੇ ਮੁਰਸ਼ਦ ਦੀ ਯਾਦ ਵਿੱਚ ਬਰਸੀ ਦਾ ਦਿਹਾੜਾ ਸ਼ੁਰੂ ਕੀਤਾ ਹੈ। ਬਰਸੀ ਦੇ ਪਾਠਾਂ ਦੇ ਪ੍ਰਵਾਹ ਦਾ ਮਹਾਂਪੁਰਸ਼ ਜਪ ਤਪ ਸਾਰਾ ਸਾਲ ਹੀ ਚਾਲੂ ਰੱਖਦੇ ਆ ਅਤੇ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਬਰਸੀ 'ਤੇ ਅਰਦਾਸਾਂ ਹੁੰਦੀਆਂ ਨੇ। ਵਿਸ਼ੇਸ਼ ਕਰਕੇ 9 ਭਾਦਰੋਂ ਨੂੰ 24 ਅਗਸਤ ਨੂੰ ਨਾਨਕਸਰ ਕਲੇਰਾਂ ਦੀ ਧਰਤੀ 'ਤੇ ਬਹੁਤ ਵੱਡੀ ਗਿਣਤੀ 'ਚ ਪਾਠੀ ਸਿੰਘ ਆਉਣਗੇ ਦੂਰੋਂ ਦੂਰੋਂ। ਕਈਆਂ ਨੇ ਬਾਹਰਲੇ ਦੇਸ਼ਾਂ ਵਿੱਚੋਂ ਟਿਕਟਾਂ ਲਈਆਂ ਹੋਈਆਂ, ਸੀਟਾਂ ਬੁੱਕ ਕਰਾਈਆਂ ਨੇ ਕਿ ਅਸੀਂ ਬਾਬਾ ਜੀ ਦੀ ਬਰਸੀ 'ਤੇ ਜਾ ਕੇ ਪਾਠਾਂ ਦੇ ਵਿੱਚ ਲੱਗਣਾ ਹੈ। ਤੁਹਾਨੂੰ ਪਤਾ ਕਿ ਇੱਥੇ ਜਿੰਨੇ ਵੀ ਅਖੰਡ ਪਾਠ ਹੁੰਦੇ ਆ ਉਹ ਕਿਸੇ ਦੇ ਨਾਮ ਦੇ ਨਹੀਂ ਹੁੰਦੇ, ਬਾਬਾ ਆਨੰਦ ਸਿੰਘ ਦੀ ਬਰਸੀ ਦੇ ਹੁੰਦੇ ਆ। ਫਿਰ ਇਹ ਵੀ ਸੰਗਤਾਂ ਨੂੰ ਜਾਣਕਾਰੀ ਹੈ ਕਿ ਸਾਰੇ ਪਾਠੀ ਸਿੰਘ ਪ੍ਰੇਮ ਵਾਲੇ ਸ਼ਰਧਾ ਵਾਲੇ ਆਉਂਦੇ ਆ, ਕਿਸੇ ਨੂੰ ਪੈਸੇ ਦੇ ਕੇ ਪਾਠੀ ਨੂੰ ਬੁੱਕ ਨਹੀਂ ਕੀਤਾ ਜਾਂਦਾ ਅਤੇ ਪਾਠ ਇੰਨੇ ਰੱਖੇ ਜਾਂਦੇ ਆ ਕਿ ਸੱਚਖੰਡ ਵਿੱਚ ਇਸ ਦੇ ਪਿੱਛੇ ਹੋਰ ਸੱਚਖੰਡ ਹੈ ਉਹ ਵੀ ਭਰ ਜਾਂਦਾ ਹੈ, ਇਸ ਦੇ ਪਿੱਛੇ 12 ਦਰੀਏ ਉਹ ਵੀ ਪਾਠਾਂ ਦੇ ਨਾਲ ਇੰਨੇ ਪਾਠ ਚੱਲਦੇ ਆ ਕਿ 12 ਦਰੀ ਵੀ ਫੁੱਲ ਪਾਠ ਭਰ ਜਾਂਦੇ, ਹਾਲ ਨੇ ਨਾਲ ਲੱਗਦੇ, ਹੋਰ ਉੱਪਰ ਹਾਲ ਬਣੇ ਆ ਸੱਚਖੰਡ ਦੇ ਨਾਲ। ਸੱਜੇ ਹੱਥ ਵੀ ਬਹੁਤ ਲੰਬਾ ਸੱਚਖੰਡ ਹੈ ਭਾਈ, ਸਾਰੀਆਂ ਥਾਵਾਂ 'ਤੇ ਦਰਗਾਹੀ ਰੂਹਾਂ ਗੁਰਮੁਖ ਰੂਹਾਂ ਬੈਠੀਆਂ ਪਾਠ ਕਰਦੀਆਂ ਹੁੰਦੀਆਂ। ਜਿਹੜੇ ਗੁਰਮੁਖ ਬਰਸੀ ਦੇ ਆਣ ਕੇ ਪ੍ਰਕਰਮਾ ਕਰਦੇ ਆ ਨਾ ਠਾਠ ਦੀਆਂ, ਉਹਨਾਂ ਦਾ ਮਨ ਖਿੜਦਾ ਹੀ ਜਾਂਦਾ ਹੈ। ਇੰਨੇ ਪਾਠ ਦੂਰ ਤੱਕ ਅਖੰਡ ਪਾਠ ਹੀ, ਇੱਕ ਦੋ ਪਾਠ ਰੱਖ ਕੇ ਤਾਂ ਕੋਤਰੀਆਂ ਕਰਦੇ ਆ ਕਿ ਫਲਾਣੀ ਥਾਂ ਦੇ ਸੰਤਾਂ ਨੇ 101 ਦੀ ਕੋਤਰੀ ਕੀਤੀ, ਪਰ ਇੰਨਾ ਨਹੀਂ ਕਿ 300-300 ਪਾਠ ਇੱਕ ਵੇਲੇ ਹੀ ਰੱਖਿਆ ਜਾਵੇ ਅਤੇ ਕੋਈ ਵੀ ਪਾਠੀ ਸਿੰਘ ਦੀ ਬੁਕਿੰਗ ਨਾ ਹੋਵੇ, ਕਿਸੇ ਨੂੰ ਕੋਈ ਲਾਲਚ ਨਾ ਹੋਵੇ। ਅੱਜ ਤਾਂ ਬੜੇ ਪ੍ਰਬੰਧ ਪਾਠੀ ਸਿੰਘਾਂ ਦੇ ਰਹਿਣ ਦੇ ਰਹਿਸ਼ ਦੇ ਕੀਤੇ ਗਏ ਆ। ਪੁਰਾਣੇ ਸਮਿਆਂ ਵਿੱਚ ਜਿਹੜੀਆਂ ਦਰਿਆ ਦੇ ਵਿੱਚ ਦੱਬ ਹੁੰਦੀ ਹੈ, ਦੱਬ ਤੋਂ ਬਣਾਈਆਂ ਹੋਈਆਂ ਚਿਕਾਂ ਹੁੰਦੀਆਂ ਸੀ, ਤਾਂ ਉਹ ਸਮਿਆਂ 'ਚ ਤੁਸੀਂ ਦੇਖੀਆਂ ਨੇ ਕਿ ਪਾਠੀ ਸਿੰਘ ਨੂੰ ਇੱਕ ਚਿੱਕ ਦਿੱਤੀ ਜਾਂਦੀ ਸੀ, ਚਟਾਈ ਹੁੰਦੀ ਸੀ ਥੱਲੇ ਵਸਾਉਣ ਵਾਲੀ, ਅਤੇ ਸਾਧੂ ਬਣ ਕੇ 3 ਦਿਨ ਪਾਠੀ ਸਿੰਘ ਤਪੱਸਿਆ ਕਰਦਾ ਸੀ, ਕਿਉਂਕਿ ਚਟਾਈਆਂ 'ਤੇ ਬੋਰੀਆਂ 'ਤੇ ਜ਼ਮੀਨ 'ਤੇ ਭੁੰਜੇ ਲੇਟ ਕੇ ਸਾਧੂ ਸੰਤੀ ਤਪ ਕਰ ਸਕਦੇ ਆ, ਦੁਨਿਆਵੀ ਲੋਕ ਤਾਂ ਪਲੰਘਾਂ 'ਤੇ ਸੋਫਿਆਂ 'ਤੇ ਬੈਠਦੇ ਆ। ਇਹ 3 ਦਿਨ ਦੀ ਪਾਠੀ ਸਿੰਘਾਂ ਦੀ, 5 ਦਿਨ ਦੀ ਤਪੱਸਿਆ ਕਿ ਜਿਨ੍ਹਾਂ ਨੇ ਥੱਲੇ ਚਟਾਈ ਵਿਛਾ ਕੇ ਅਤੇ ਹੱਥਾਂ ਦੇ ਉੱਤੇ ਬਾਟੇ ਵੀ ਨਹੀਂ ਹੁੰਦੇ ਸੀ, ਕੌਲਾ ਦੇ ਦਿਓ ਪਾਠੀ ਸਿੰਘ ਨੂੰ, ਕਿਸੇ ਨੂੰ ਕੌਲਾ ਮਿਲ ਜਾਂਦਾ ਸੀ ਕਿਸੇ ਨੂੰ ਨਹੀਂ,
ਅਤੇ ਹੱਥ ਦੇ ਉੱਤੇ ਹੀ ਪ੍ਰਸ਼ਾਦਾ ਹੱਥ ਉੱਤੇ ਹੀ ਪਾ ਦਿੰਦੇ ਸੀ, ਸ਼ੱਕਰ 'ਚ ਘਿਓ ਅਤੇ ਹੱਥ 'ਤੇ ਹੀ ਦਾਲ ਸਬਜ਼ੀ ਅਤੇ ਖੀਰ, ਅਤੇ ਗੁਰਮੁਖ ਸਿੰਘ ਪ੍ਰਸ਼ਾਦਾ ਛੱਕ ਕੇ ਅਤੇ ਆਪਦੀਆਂ ਡਿਊਟੀਆਂ ਲਾਉਂਦੇ ਸੀ। ਕੇਵਲ ਅਤੇ ਕੇਵਲ ਪਾਠੀ ਸਿੰਘਾਂ ਨੂੰ ਲਾਲਚ ਵਾਸਤੇ ਨਹੀਂ ਵਰਦੀ ਦਿੱਤੀ ਜਾਂਦੀ ਕਿ ਤੁਹਾਨੂੰ ਸਾਰੇ ਬਸਤਰ ਦਿੱਤੇ ਜਾਂਦੇ ਆ, ਇਸ ਵਾਸਤੇ ਦਿੱਤੇ ਜਾਂਦੇ ਆ ਕਿ ਪਾਠੀ ਸਿੰਘ ਕਿਸੇ ਦੇ ਬਸਤਰ ਪੁਰਾਣੇ, ਕਿਸੇ ਦੇ ਕਿਸੇ ਰੰਗ ਦੇ, ਕੇਵਲ ਇੱਕ ਚਿੱਟੇ ਰੰਗ ਦੇ ਹੀ ਪਾਠੀ ਸਿੰਘ ਸੁੱਚੇ ਬਸਤਰ ਪਾ ਕੇ ਰੌਲਾ 'ਤੇ ਬੈਠਣਗੇ ਅਤੇ ਗੁਰੂ ਸਾਹਿਬ ਦਾ ਸਤਿਕਾਰ ਏ ਸਾਰਿਆਂ ਦੇ ਮੁੱਖ ਬਣਨੇ ਹੁੰਦੇ ਆ। ਜਦੋਂ ਆਪਾਂ ਪੂਰੇ ਨਾਨਕਸਰ ਦੀਆਂ ਪਰਿਕਰਮਾ ਕਰਕੇ ਦਰਸ਼ਨ ਕਰਦੇ ਹਾਂ, ਉਸ ਸਮੇਂ ਸਾਧ ਸੰਗਤ ਜੀ ਕਿੰਨੇ ਪਾਠ ਅਤੇ ਕਿੰਨਾ ਫਲ ਮਿਲਦਾ ਹੈ, ਇਹ ਤਾਂ ਵਾਹਿਗੁਰੂ ਜਾਣਦਾ ਹੈ ਕਿ ਕਲਯੁੱਗ ਦੇ ਵਿੱਚ ਜਿਨ੍ਹਾਂ ਨੇ ਸੱਤ ਯੁੱਗ ਵਰਤਾ ਦਿੱਤਾ ਹੈ। ਐਸੇ ਵੀ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਕਲਯੁੱਗ ਦੇ ਵਿੱਚ ਸੱਤ ਯੁੱਗ ਵਰਤਾ ਤਾ ਹੈ। ਅਤੇ ਯਾਦ ਰੱਖਿਓ ਕਿ 24 ਤਰੀਕ ਨੂੰ ਪਾਠ ਰੱਖੇ ਜਾਣੇ ਆ ਅਤੇ ਪਾਠਾਂ 'ਚ ਲੱਗਣ ਵਾਲੇ ਪਾਠੀ ਸਿੰਘ ਗੁਰਮੁਖ ਪਿਆਰੇ ਖੁੰਝ ਨਾ ਜਾਇਓ। 9, 10, 11 ਵਜੇ ਪਾਠ ਸ਼ੁਰੂ ਹੋ ਜਾਣੇ ਆ, ਬਾਅਦ ਵਿੱਚ ਫਿਰ ਕਈ ਵਾਰੀ ਨਾਮ ਨਹੀਂ ਲਿਖੇ ਜਾਂਦੇ, ਪਾਠੀ ਸਿੰਘ ਰਹਿ ਜਾਂਦੇ ਜੀ ਮੈਂ ਆ ਗਿਆ ਸੀ ਲੇਟ ਹੋ ਗਿਆ। ਇਵੇਂ ਨਾ ਹੋਵੇ, ਇੱਕ ਰਾਤ ਪਹਿਲਾਂ ਹੀ ਪਹੁੰਚ ਜਾਇਓ ਨਾਨਕਸਰ ਵਿੱਚ। ਰਹਿਸ਼ ਦਾ ਪ੍ਰਬੰਧ ਸੰਤ ਬਾਬਾ ਕਾਲਾ ਸਿੰਘ ਜੀ ਨੇ ਬਹੁਤ ਸੋਹਣਾ ਪਾਠੀ ਸਿੰਘਾਂ ਵਾਸਤੇ ਕੀਤਾ ਹੈ। ਵੱਡੇ ਵੱਡੇ ਹਾਲ ਨੇ, ਉੱਥੇ ਆਣ ਕੇ ਆਰਾਮ ਕਰਿਓ ਅਤੇ 24 ਤਰੀਕ ਨੂੰ ਸਾਰੇ ਪਾਠੀ ਸਿੰਘ ਅਰਦਾਸ ਵਿੱਚ ਪਾਠ ਤੁਹਾਡੀ, ਤੁਸੀਂ ਪਾਠ ਕਰ ਕਰਕੇ ਜ਼ਿੰਦਗੀ ਲੰਘ ਜਾਣੀ ਪਾਠੀ ਸਿੰਘਾਂ ਦੀ, ਭੇਟਾ ਲੈ ਕੇ ਗੁਜ਼ਾਰਾ ਹੀ ਘਰ ਦਾ ਚੱਲਣਾ ਹੈ, ਘਰ ਦਾ ਗੁਜਰਾਨ ਚੱਲਣਾ ਹੈ ਅਤੇ ਪਾਠਾਂ ਦੀ ਭੇਟਾ ਲੈਣੀ ਪਾਠੀ ਸਿੰਘਾਂ ਨੇ। ਭਾਈ ਤੁਹਾਨੂੰ ਤਪੱਸਿਆ ਕਰਨ ਦਾ ਸਮਾਂ ਨਹੀਂ ਮਿਲਣਾ, ਗੁਰੂ ਨਾਨਕ ਨੂੰ ਖੁਸ਼ ਕਰਨ ਦਾ ਸਮਾਂ ਨਹੀਂ ਮਿਲਣਾ। ਇਹ ਬਾਬਾ ਆਨੰਦ ਸਿੰਘ ਨੇ ਦਇਆ ਕੀਤੀ ਹੈ ਕਿ ਪਾਠੀ ਸਿੰਘਾਂ ਨੂੰ ਸਾਲ ਵਿੱਚ ਇਹ ਬਾਬਾ ਜੀ ਦੀਆਂ ਬਰਸੀਆਂ ਅਤੇ ਜਨਮ ਦਿਹਾੜਿਆਂ 'ਤੇ ਗੁਰੂ ਨਾਨਕ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਮਿਲ ਜਾਂਦਾ ਹੈ, ਖੁਸ਼ੀਆਂ। ਅਤੇ ਫਿਰ ਸਾਡੇ ਸਤਿਕਾਰਯੋਗ ਕੀਰਤਨੀਏ, ਰਾਗੀ ਸਿੰਘ, ਸੰਤ ਮਹਾਂਪੁਰਸ਼ ਬਈ ਦੀਵਾਨ ਲਾਉਂਦੇ ਹੋ ਤੁਸੀਂ, ਸੰਗਤਾਂ ਸਤਿਕਾਰ ਕਰਦੀਆਂ, ਪਰ ਐਸੇ ਦੀਵਾਨ ਵਿੱਚ ਆਣ ਕੇ ਹਾਜ਼ਰੀ ਭਰ ਕੇ ਤੁਹਾਡੇ ਪੁੰਨ ਪ੍ਰਬਲ ਹੋਣੇ ਆ। ਰਾਗੀ ਸਿੰਘਾਂ ਦੀਆਂ ਹਾਜ਼ਰੀਆਂ ਲੱਗਣੀਆਂ ਹੈ, ਇਹ ਉਮਰਾਂ ਲੰਘ ਜਾਣਗੀਆਂ ਜੀ, ਅਸੀਂ ਪ੍ਰੋਗਰਾਮ ਕਰਾਂਗੇ, ਤੁਸੀਂ ਕਿੰਨੀ ਭੇਟਾ ਦਿਓਗੇ, ਪਰਿਵਾਰ ਤੁਹਾਨੂੰ ਭੇਟਾ ਦੇਣਗੇ, ਸ਼ਬਦ ਦਾ ਸਤਿਕਾਰ ਸਭ ਕੋਈ ਕਰਦਾ ਹੈ, ਤੁਸੀਂ ਕੀਰਤਨ ਕਰੋਗੇ, ਪਰ ਐਸਾ ਕੀਰਤਨ ਨਹੀਂ ਹੋਏਗਾ ਕਿ ਗੁਰੂ ਨਾਨਕ ਸਾਹਿਬ ਬੈਠੇ ਹੋਣ, ਧੰਨ ਬਾਬਾ ਆਨੰਦ ਸਿੰਘ ਜੀ ਬੈਠੇ ਹੋਣ ਅਤੇ ਧੰਨ ਬਾਬਾ ਈਸ਼ਰ ਸਿੰਘ ਜੀ ਬੈਠੇ ਹੋਣ ਅਤੇ ਗੁਰੂ ਨਾਨਕ ਦੀ ਬਖਸ਼ੀ ਹੋਈ ਸਾਧ ਸੰਗਤ ਬੈਠੀ ਹੋਵੇ। ਇਹ ਕੀਰਤਨ ਦਾ ਤੁਹਾਨੂੰ ਸਮਾਂ ਨਹੀਂ ਮਿਲੇਗਾ, ਐਸਾ ਰਸ ਨਹੀਂ ਆਏਗਾ। ਇਹ ਤਾਂ ਬਾਬਾ ਜੀ ਦੀ ਬਰਸੀ 'ਤੇ ਅਰਸ਼ਾਂ ਤੋਂ ਅੰਮ੍ਰਿਤ 'ਚ ਆਉਂਦਾ ਹੈ, ਦਰਗਾਹੀ ਦੇਵਤੇ ਫਰਸ਼ਾਂ 'ਤੇ ਆ ਜਾਂਦੇ ਆ, ਦਰਗਾਹੀ ਰੂਹਾਂ ਆ ਜਾਂਦੀਆਂ ਹੈ, ਇੰਦਰ ਦੇਵਤਾ ਇੱਥੋਂ ਦਾ ਪਾਣੀ ਭਰਦਾ, ਇੰਦਰ ਦੀਆਂ ਅਪਸ਼ਰਾ ਜਸ ਗਾਉਂਦੀਆਂ ਨੇ, ਰਾਗ ਰਾਗਣੀਆਂ ਮੰਗਲ ਗਾਉਂਦੀਆਂ ਨੇ ਸੰਤ ਦੇ ਦਰਬਾਰ ਦੇ ਵਿੱਚ, ਅਤੇ ਜਸ ਬਾਬੇ ਆਨੰਦ ਸਿੰਘ ਦਾ ਆ ਕੇ ਗਾਉਂਦੀਆਂ ਸਵਰਗ ਦੀਆਂ ਪਰੀਆਂ।
ਇਹ ਧੰਨ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਦੇ, ਬਸ 4-5 ਦਿਨ ਮੁਰਦੇ ਬਣ ਕੇ ਬੈਠੇ ਰਹੇ, ਸਾਰਿਆਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਿਓ, ਸਾਰਿਆਂ ਦੇ ਬਚਨ ਕੀਰਤਨ ਸੁਣਿਓ, 24 ਤਰੀਕ ਨੂੰ ਪਾਠ ਰੱਖ ਕੇ 26 ਅਗਸਤ 11 ਭਾਦਰੋਂ ਨੂੰ ਭੋਗ ਪਾਏ ਜਾਣਗੇ, ਅਤੇ 11 ਭਾਦਰੋਂ ਨੂੰ ਭੋਗ ਪਾਠ ਰੱਖ ਕੇ 26 ਅਗਸਤ ਨੂੰ, 28 ਅਗਸਤ ਨੂੰ ਸਮਾਪਤੀ ਹੋਏਗੀ 13 ਭਾਦਰੋਂ ਨੂੰ, ਅਤੇ 12 ਭਾਦਰੋਂ ਦਾ ਨਗਰ ਕੀਰਤਨ ਸਰੋਵਰ ਦੇ ਪਾਸੇ ਨਗਰ ਕੀਰਤਨ ਹੁੰਦੇ ਆ, ਗਲੀਆਂ ਵਿੱਚ ਦੀ ਲੰਘਦੇ ਆ, ਮਹੱਲਿਆਂ ਵਿੱਚ ਦੀ ਸਤਿਕਾਰ ਵਾਲੀਆਂ ਜਗ੍ਹਾ ਨਹੀਂ ਹੁੰਦੀਆਂ। ਬਾਬਾ ਜੀ ਕਹਿੰਦੇ ਨਿਰੰਕਾਰ ਨੇ ਨਗਰ ਕੀਰਤਨ ਕੱਢਣਾ ਹੈ, ਪਰਮੇਸ਼ਰ ਨੇ ਦੇਵਤਿਆਂ ਨੇ ਵਿੱਚ ਆਣ ਕੇ ਪ੍ਰਵੇਸ਼ ਕਰਨਾ ਹੈ। ਇਹ ਤਾਂ ਸਰੋਵਰ ਦੀ ਪਵਿੱਤਰ ਧਰਤੀ 'ਤੇ ਹੀ ਨਗਰ ਕੀਰਤਨ ਹੋਵੇ ਤਾਂ ਜ਼ਿਆਦਾ ਵਧੀਆ ਹੈ। 14ਵੀਂ ਬਾਬਾ ਗੁਰਜੀਤ ਸੋਣੀ ਨਗਰ ਕੀਰਤਨ ਕੱਢਦੇ ਆ, ਬਾਬਾ ਕਾਲਾ ਸਿੰਘ ਜੀ ਬਾਬਾ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਨਗਰ ਕੀਰਤਨ ਕੱਢਦੇ ਨੇ ਜਨਮ ਦਿਨ 'ਤੇ। ਬਾਬਾ ਗੁਰਜੀਤ ਸਿੰਘ ਜੀ ਉੱਥੇ ਦਮਦਮਾ ਸਾਹਿਬ ਸਰੋਵਰ 'ਤੇ ਨਗਰ ਕੀਰਤਨ ਕਰਦੇ ਆ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੀ ਬਰਸੀ ਹੈ, ਅਤੇ ਸਾਰੇ ਦੂਰ ਦਰੇਡਿਆਂ ਤੋਂ ਤਿਆਰੀਆਂ ਕਰ ਲਓ, ਦੇਸਾਂ ਪ੍ਰਦੇਸਾਂ ਤੋਂ ਚੱਲ ਕੇ ਆ ਜਾਓ ਭਾਈ, ਆਣ ਕੇ ਆਪਦੀਆਂ ਜਗ੍ਹਾ ਮੰਨ ਲਓ, ਆਪਦੀਆਂ ਜਗ੍ਹਾ ਮੰਨ ਲਵੋ ਜਿੱਥੇ ਜਿੱਥੇ ਤੁਹਾਨੂੰ ਥਾਂ ਮਿਲ ਜੇ। ਕੋਈ ਕੁੱਲੀ ਲੈ ਲਵੋ, ਕੋਈ ਕਮਰਾ ਲੈ ਲਵੋ, ਕੋਈ ਹੋਟਲ ਵਿੱਚ ਕਮਰਾ ਲੈ ਲਵੋ, ਫਿਰ ਲੱਭਣੇ ਨਹੀਂ ਇੱਥੇ ਰਹਿਣ ਨੂੰ ਜਗ੍ਹਾ, ਅਤੇ ਸਾਰੀ ਬਰਸੀ ਦਾ ਆਨੰਦ ਮਾਣਿਓ। ਇਹ ਤਾਂ ਬਰਸਣਾ ਹੈ, ਬਰਸੀ ਦੇ ਬਰਸਣਾ ਹੈ, ਮੇਘ ਬਰਸਣਾ ਹੈ, ਉਹਦੀਆਂ ਰਹਿਮਤਾਂ ਨੇ ਬਰਸਣਾ ਹੈ, ਅਤੇ ਬਾਬਾ ਆਨੰਦ ਸਿੰਘ ਜੀ ਦਾ ਜਸ ਆਣ ਕੇ ਬਰਸੀ ਬਾਬਾ ਆਨੰਦ ਸਿੰਘ ਜੀ ਦੀ, ਜਿਹੜੀ ਸਭ ਤੋਂ ਨਿਆਰੀ ਖੰਡਾਂ ਬ੍ਰਹਿਮੰਡਾਂ ਵਿੱਚ ਦੇਸਾਂ ਪ੍ਰਦੇਸਾਂ ਵਿੱਚ ਐਸੀ ਨਹੀਂ। ਕੋਈ ਗੋਲ ਖਾਣੀ, ਕੋਈ ਚੁੱਲ੍ਹੇ ਨਹੀਂ, ਲੰਗਰ ਪੱਕੇ ਪਕਾਏ, ਛੱਤੀ ਛੱਤੀ ਪਦਾਰਥ, ਪਾਠੀ ਸਿੰਘ ਰੌਲਾ ਲਾਉਣ ਵਾਲੇ, ਕੀਰਤਰੀਏ ਕੀਰਤਨ ਕਰਨ ਵਾਲੇ, ਢਾਡੀ ਸਿੰਘ ਢੱਡ ਨਾਲ ਜਸ ਵਾਰਾਂ ਗਾਉਂਦੇ ਹੋਏ ਕਵੀ ਕਵੀ ਵੀ ਆਣ ਕੇ ਸਮੇਂ ਲਾਉਣਗੇ, ਅਤੇ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਬਰਸੀ 'ਤੇ ਸਾਰੇ ਆਇਓ, ਜਸ ਗਾਇਓ, ਕੋਸ਼ਿਸ਼ ਕਰਿਓ ਕਿ ਪੂਰੇ 24 ਤਰੀਕ ਨੂੰ ਆ ਜਿਓ, ਅਤੇ 28 ਤੱਕ ਤੁਹਾਨੂੰ ਮੇਰਾ ਹੀ ਮੇਰਾ ਵਰਤਣਗੀਆਂ। ਧੰਨ ਧੰਨ ਬਾਬਾ ਮਹਾਰਨਾਮ ਸਿੰਘ ਜੀ ਪੁੱਛੋ ਵਾਲੇ, ਜਿਨ੍ਹਾਂ ਦੀ 12 ਸਾਲ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਕਠਿਨ ਤਪੱਸਿਆ ਸਾਧਨਾ ਕਰਕੇ 24 ਸਾਲ ਤਕਰੀਬਨ ਉਮਰ ਜੰਗਲਾਂ ਵਿੱਚ ਰਹਿ ਕੇ ਭਗਤੀ ਕੀਤੀ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਗੁਰੂ ਨਾਨਕ ਪ੍ਰਗਟ ਕੀਤੇ, ਪ੍ਰਗਟ ਕਰਕੇ ਪ੍ਰਸ਼ਾਦਾ ਛਕਾਇਆ ਬਾਬਾ ਆਨੰਦ ਸਿੰਘ ਜੀ ਨੇ, ਦੁੱਧ ਪਿਆਇਆ ਗੁਰੂ ਨਾਨਕ ਸਾਹਿਬ ਜੀ ਨੂੰ, ਅਤੇ ਆਹ ਸੱਚਖੰਡ ਬਣੇ ਨੇ ਜਿੱਥੇ ਪਵਿੱਤਰ ਮਰਿਆਦਾ ਚੱਲ ਰਹੀ ਹੈ, ਉਸੇ ਤਰ੍ਹਾਂ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਉਵੇਂ ਗੁਰੂ ਸਾਹਿਬ ਨੂੰ ਦੁੱਧ ਲਾਵੋ ਭੋਗ ਹਰ ਰਾਏ, ਦੁੱਧ ਪੀਓ ਗੋਬਿੰਦੇ ਰਾਏ, ਪ੍ਰਸ਼ਾਦ ਛਕਾਇਆ ਜਾਂਦਾ ਹੈ, ਅਤੇ ਸਾਰੇ ਆਪੋ ਆਪਣੀਆਂ ਥਾਵਾਂ 'ਤੇ ਪਹੁੰਚ ਜਾਵੋ। ਸੰਗਤਾਂ ਪਾਠਾਂ ਦੀਆਂ ਹਾਜ਼ਰੀਆਂ, ਜਿੰਨਾ ਜਪ ਤਪ ਤੁਸੀਂ ਕਰਨਾ ਹੈ ਭਾਈ,
ਬਾਬਾ ਨੰਦ ਸਿੰਘ ਦੀ ਬਰਸੀ 'ਤੇ ਪਹੁੰਚਾ ਦਿਓ ਹੁਣ ਪੁੰਨਿਆ 'ਤੇ, ਨਹੀਂ ਤਾਂ ਬਰਸੀ ਤੋਂ ਪਹਿਲੋਂ ਪਹਿਲੋਂ ਪਹੁੰਚਾ ਦਿਓ ਸਾਡੇ ਗੁਰਮੁਖ ਪਿਆਰੇ ਬਾਬਾ ਨਾਨਕ ਜੀ। ਇਹਨਾਂ ਦੇ ਫੋਨ ਨੰਬਰ ਵੀ ਹੋਰ ਵੀ ਹੈਗੇ ਆ, ਸਾਰਿਆਂ ਨੰਬਰਾਂ 'ਤੇ ਆਪਦੇ ਇੱਥੇ ਕਾਰਡ ਜਮ੍ਹਾਂ ਕਰਾ ਜਾਓ, ਭੋਰਾ ਸਾਹਿਬ ਕਰਾ ਦਿਓ, ਇੱਥੇ ਕਰਾ ਦਿਓ, ਬਾਬਾ ਗੁਰਜੀਤ ਸਿੰਘ ਕੋਲ ਕਰਾ ਦਿਓ ਦਰਬਾਗ 'ਚ, ਅਤੇ ਉਹਨਾਂ ਦੀ ਅਰਦਾਸ ਫਿਰ ਬਰਸੀ ਵਾਲੇ ਦਿਨ ਹੋਏਗੀ, ਮਹਾਂਪੁਰਸ਼ ਕਰਨਗੇ, ਸਾਰਿਆਂ ਦੇ ਪਾਠਾਂ ਦੀ ਹਾਜ਼ਰੀ ਲੱਗੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਧੰਨ ਗੁਰੂ ਨਾਨਕ।